ਮੋਦੀ ਸਰਕਾਰ ਦੇ ਸ਼ਾਸਨ ਕਾਲ ਦਾ ਆਖਰੀ ਬਜਟ ਫਾਈਨੈਂਸ ਮਿਨਿਸਟਰ ਪਿਊਸ਼ ਗੋਇਲ ਵੱਲੋਂ ਪੇਸ਼ ਕਰ ਦਿੱਤਾ ਗਿਆ ਹੈ। ਇਸ ਬਜਟ ਨੂੰ ਲੈ ਕੇ ਹਰ ਵਰਗ ਨੇ ਬੜੀਆਂ ਉਮੀਦਾਂ ਲਗਾਈਆਂ ਸਨ। ਇਸ ਬਜਟ ਨੂੰ ਮੱਧ ਵਰਗੀ ਅਤੇ ਕਿਸਾਨਾਂ ਦਾ ਬਜਟ ਕਿਹਾ ਜਾ ਰਿਹਾ ਹੈ। ਮਿਡਲ ਕਲਾਸ ਨੂੰ 5 ਲੱਖ ਤੱਕ ਦੀ ਆਮਦਨ ਤੇ ਇਨਕਮ ਟੈਕਸ 'ਚ ਵੱਡੀ ਛੋਟ ਦਿੱਤੀ ਗਈ ਹੈ ਅਤੇ ਇਸ ਬਜਟ ਨਾਲ 12 ਕਰੋੜ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਪਰ ਇਸ ਬਜਟ 'ਚ ਵਪਾਰੀ ਵਰਗ ਦਾ ਕੀ ਫਾਇਦਾ ਹੋਇਆ ਹੈ? ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਵੱਲੋਂ ਲੁਧਿਆਣਾ ਵਿਖੇ ਬਜਟ ਸੈਸ਼ਨ ਹੋਇਆ ਜਿਸ ਵਿੱਚ ਕਈ ਇੰਡਸਟਰੀਅਲਿਸਟ ਮੌਜੂਦ ਸਨ। ਇਸ ਬਜਟ ਬਾਰੇ ਜਾਣਦੇ ਹਾਂ ਉਹਨਾਂ ਦੇ ਵਿਚਾਰ। ਇਹ ਬੜਾ ਅੱਛਾ ਹੀ ਗੱਲ ਆ ਵੀ MSME ਸੈਕਟਰ ਲਈ ਦਾ ਵੀ ਧਿਆਨ ਰੱਖਿਆ ਗਿਆ, ਪਰ ਅਸੀਂ ਫਰੀ ਇੰਟਰਸਟ ਲੋਨ ਚਾਹੁੰਦੇ ਸੀਗੇ ਗੌਰਮੈਂਟ ਕੋਲੋਂ, ਤਾਂ ਕਿ ਅਸੀਂ ਜਿਹੜੀ ਟੈਕਨੋਲੋਜੀ ਸਾਡੀ ਹੈਗੀ ਅਪਗ੍ਰੇਡੇਸ਼ਨ ਲਈ ਸਾਨੂੰ ਫਰੀ ਇੰਟਰਸਟ ਲੋਨ ਦਿੱਤਾ ਜਾਵੇ। ਦੂਸਰਾ ਜਿਹੜਾ ਕਿ 5 ਲੱਖ ਦੀ ਉਹਨੇ ਛੂਟ ਦਿੱਤੀ ਆ, ਉਹ ਵੀ ਅੱਛੀ ਆ। ਮਿਡਲ ਕਲਾਸ ਜਿਹੜੀਆਂ ਬਿਜ਼ਨਸ ਹੈਗੇ ਆ ਫੈਮਲੀਆਂ, ਉਹਨਾਂ ਲਈ ਅੱਛੀ ਗੱਲ ਆ। ਆਮ ਜਨਤਾ ਲਈ ਵੀ ਬਹੁਤ ਅੱਛੀ ਰਾਹਤ ਦੀ ਗੱਲ ਆ ਇਹਦੇ ਬਜਟ 'ਚ, ਔਰ ਜਿਹੜਾ ਕਿਸਾਨਾਂ ਲਈ ਵੀ ਉਹਨਾਂ ਨੇ ਕੁਛ ਸੋਚਿਆ ਇਹਦੇ ਬਾਰੇ, ਔਰ ਬੜੀ ਅੱਛੀ ਗੱਲ ਆ ਤਾਂ ਕਿ ਦੇਸ਼ ਦੀ ਤਰੱਕੀ ਇਹਦੇ ਨਾਲ ਹੋ ਸਕੇ। ਪਰ ਮੈਂ ਥੋੜ੍ਹਾ ਜਿਹਾ ਇਹ ਕਹੂੰਗਾ ਵੀ MSME ਸੈਕਟਰ ਲਈ ਕੁਛ ਸਾਨੂੰ ਫਰੀ ਇੰਟਰਸਟ ਲੋਨ ਦਾ ਕੋਈ ਅਲੱਗ ਬਜਟ ਦਿੱਤਾ ਜਾਵੇ, ਤਾਂ ਕਿ ਅਸੀਂ ਜਿਹੜੀ ਆਪਣੀ ਟੈਕਨੋਲੋਜੀ ਹੈ ਵਰਲਡ ਵਾਈਡ 'ਤੇ ਦਿਖਾ ਸਕੀਏ, ਉੱਥੇ ਲਿਆ ਕੇ ਉਹਨਾਂ ਨੂੰ ਅਪਗ੍ਰੇਡ ਕਰ ਸਕੀਏ ਆਪਣੇ ਆਪ। ਜੇ ਤਾਂ ਥੋੜ੍ਹੀਆਂ ਜਿਹੀਆਂ ਛੂਟਾਂ ਸਾਨੂੰ ਹੋਰ ਦਿੱਤੀਆਂ ਜਾਂਦੀਆਂ ਤਾਂ ਅਸੀਂ ਸੋਚਦੇ ਸੀ ਵੀ ਹੋ ਸਕਦਾ ਸੀ, ਪਰ ਇਹ ਬਜਟ ਤੋਂ ਲੱਗਦਾ ਇਹ ਤਾਂ ਇਲੈਕਸ਼ਨ ਬਜਟ ਹੀ ਹੈ। ਇਹ ਦੇਖੋ ਜੀ, GST ਜਿਹੜਾ ਜਾਂ IGST ਔਨ ਬੈਂਕਵੈਟ ਸ਼ੁੱਡ ਬੀ ਰਿਡਿਊਸਡ, ਇਟ ਇਜ਼ ਟੂ ਹਾਈ। 18% ਟੈਕਸ ਬਹੁਤ ਜ਼ਿਆਦਾ ਆਮ ਆਦਮੀ ਵਾਸਤੇ। ਇਹ ਮੇਰੀ ਆਪਣੀ ਦਿਲ ਤਮੰਨਾ ਹੈਗੀ ਹੈ ਬਈ 5-7% ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਗਰ ਇਹ ਹੋਏਗਾ ਤਾਂ ਰਿਕਵਰੀ ਵੀ ਜ਼ਿਆਦਾ ਹੋਏਗੀ, ਪੀਪਲ ਵਿਲ ਡਿਮਾਂਡ ਬਿਲਸ ਆਲਸੋ। ਤਾਂ ਹੁਣ ਉਹ ਕੀ ਆ ਗਿਆ ਬਈ ਸਾਡੇ ਕੋਲੋਂ ਛੱਡ ਕੇ ਤਾਂ ਉਹ ਘਰ ਦੇ ਬਾਹਰ ਟੈਂਟ ਲਾ ਕੇ ਕੰਮ ਕਰਦੇ ਨੇ, ਉਹ 'ਤੇ ਕੋਈ ਟੈਕਸ ਨਹੀਂ ਲੱਗਦਾ। ਠੀਕ ਹੈ, ਅਸੀਂ ਕਹਿੰਦੇ ਇਹਨੂੰ ਰਿਡਿਊਸ ਕੀਤਾ ਹੈ ਤਾਂ ਕਿ ਆਮ ਜਨਤਾ ਜਿਹੜੀ ਹੈ ਸਾਡੇ ਕੋਲ, ਮਿਡਲ ਇਨਕਮ ਐਂਡ ਲੋਅਰ ਇਨਕਮ, ਉਹ ਸਾਡੇ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਇਹ ਰਿਲੀਫ ਮਿਲਣਾ ਚਾਹੀਦਾ। ਇਹ ਬਜਟ ਟੋਟਲ ਨਾ ਅਨਪਲੈਨਡ ਹੈ ਔਰ ਅਨਬੈਲੈਂਸਡ ਹੈ। ਇਨਕਮਿੰਗ ਔਰ ਆਊਟਗੋਇੰਗ ਬਾਰੇ ਕਿਸੇ ਨੇ ਖਿਆਲ ਹੀ ਨਹੀਂ ਰੱਖਿਆ ਗਿਆ। ਸਾਡੀ ਪਰਟੀਕੁਲਰ ਨੈਟਵਰਕ ਟੈਕਸਟਾਈਲ ਵੱਲ ਨੂੰ ਇੰਨੀ ਬੁਰੀ ਤਰ੍ਹਾਂ ਨਿਗਲੈਕਟ ਕੀਤਾ ਗਿਆ ਔਰ ਸਾਨੂੰ ਇੰਨੇ ਇੰਨੇ ਵੱਡੇ ਅਸੀਂ ਲੈਟਰਾਂ ਭੇਜੀਆਂ, ਰਿਪ੍ਰੈਜੈਂਟੇਸ਼ਨ ਭੇਜੀਆਂ, ਉਹਨਾਂ ਦੇ ਉੱਪਰ ਇੱਕ ਪੈਸੇ ਦਾ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਐਕਸਪੋਰਟ ਜਿਹੜੀ ਸਾਡੀ ਸੀ, ਸਭ ਤੋਂ ਜ਼ਿਆਦਾ ਐਕਸਪੋਰਟ ਹੈ ਨੈਟਵੇਅਰ ਔਰ ਟੈਕਸਟਾਈਲ ਦੀ, ਉਹ ਟੋਟਲ ਇਹਨਾਂ ਨੇ ਨਾ ਮਤਲਬ ਇੱਕ ਤਰ੍ਹਾਂ ਸਾਈਡਲਾਈਨ ਕਰਤੀ ਹੈ। ਸੋ ਇਸ ਕਰਕੇ ਸਾਨੂੰ ਬੜੀ ਨਿਰਾਸ਼ਾ ਹੋਈ ਹੈ ਇਸ ਬਜਟ ਤੋਂ, ਔਰ ਸਾਡੀ ਬੜੀ ਵੱਡੀ ਐਕਸਪੈਕਟੇਸ਼ਨ ਸੀ ਕਿ ਪਲੀਜ਼ਿੰਗ ਕੀਤਾ ਇਹਨਾਂ ਨੇ ਇਲੈਕਸ਼ਨ ਲਈ, ਸਿਰਫ ਖਾਬ ਦਿਖਾਏ ਨੇ ਔਰ ਕੋਈ ਇਹ ਰਿਐਲਿਟੀ ਦੇ ਨੇੜੇ ਤੇੜੇ ਵੀ ਨਹੀਂ, ਔਰ ਇਹਦੀ ਇੰਪਲੀਮੈਂਟੇਸ਼ਨ ਪਿਛਲੇ ਚਾਰ ਸਾਲ 'ਚ ਕੋਈ ਇੰਪਲੀਮੈਂਟੇਸ਼ਨ ਨਹੀਂ, ਸਾਨੂੰ ਕੋਈ ਟਫ ਦੇ ਪੈਸੇ ਨਹੀਂ ਮਿਲੇ ਹਾਲੇ ਤੱਕ, ਕੋਈ ਬੈਂਕ ਵਾਲਿਆਂ ਨੇ ਆ ਕੇ ਸਾਡੇ ਕੋਲ ਲੋਨ ਰਿਵਾਈਵ ਨਹੀਂ ਕਰਾਏ, ਕਿਸੇ ਨੇ ਕੋਈ ਸਾਡੀ ਫੇਵਰਿਜ਼ਮ ਜਾਂ ਸਾਨੂੰ ਕੋਈ ਸੌਫਟ ਕਾਰਨਰ ਨਹੀਂ ਦਿਖਾਇਆ। ਸੋ ਇਸ ਕਰਕੇ ਔਨ ਦਾ ਹੋਲ ਅਸੀਂ ਕਹਾਂਗੇ ਵੀ ਇਹ ਇੱਕ ਤਰ੍ਹਾਂ ਦਾ ਮਜ਼ਾਕ ਹੈ, ਭੱਦਾ ਮਜ਼ਾਕ ਕੀਤਾ ਗਿਆ ਸਾਡੀ ਨੈਟਵਰਕ ਟੈਕਸਟਾਈਲ ਇੰਡਸਟਰੀ ਨੂੰ। ਇਹ ਕੋਈ ਨਹੀਂ ਹੈ ਜੀ, ਸਭ ਫੇਕ ਹੈ, ਸਭ ਕਲੇਮ ਹੈ। ਤੁਸੀਂ ਦੇਖਿਆ ਕਿ ਆਹ 3 ਦਿਨ ਪਹਿਲਾਂ ਜਿਹੜੇ ਪਲੈਨਿੰਗ ਦੇ ਜਾਂ ਨੀਤੀ ਆਯੋਗ ਦੇ 2 ਸੀਨੀਅਰ ਮੋਸਟ ਜਿਹੜੇ ਟੋਟਲ 6 ਸੀ, 2 ਪਹਿਲਾਂ ਚਲੇ ਗਏ, 2 ਨੇ ਹੁਣ ਫਿਰ ਰਿਜ਼ਾਈਨ ਕਰਤਾ। ਜੋ ਉਹਨਾਂ ਤੋਂ ਰਿਕੁਆਇਰਮੈਂਟ ਜਾਂ ਲਿਖ ਰਹੇ ਮੰਗ ਰਹੇ ਨੇ ਸਾਰਾ ਫੇਕ ਮੰਗ ਰਹੇ ਨੇ। ਆਫਿਸਰ ਕਹਿੰਦੇ ਸੌਰੀ, ਅਸੀਂ ਇਹ ਫੇਕ ਚੀਜ਼ਾਂ ਨਹੀਂ ਦੇ ਸਕਦੇ। ਕੋਈ ਫਾਇਦਾ ਨਹੀਂ ਮਿਲਣਾ ਜੀ, ਇਹ ਵੀ ਐਵੇਂ ਆਈ ਵਾਸ਼ ਹੈ, ਔਰ ਜਿੰਨੀ ਮਹਿੰਗਾਈ ਵੱਧ ਰਹੀ ਉਹਦੇ ਮੁਤਾਬਕ 5 ਲੱਖ ਵੀ ਥੋੜ੍ਹਾ। ਦੇਖੋ ਤਾਂ ਸਹੀ, ਜਿਹੜੀ ਪੈਟਰੋਲ ਆ ਜੇਨ ਮੇਨ ਕੰਜਮਪਸ਼ਨ ਵਾਲੇ ਏਰੀਏ ਨੇ, ਉਹ ਛੇੜੇ ਹੀ ਨਹੀਂ, ਉਹਦੇ ਕਨੇ ਝੱਕ ਨਹੀਂ ਦਿੰਦੇ। ਗੌਰਮੈਂਟ ਦੀ ਸਭ ਤੋਂ ਵੱਡੀ ਪੈਟਰੋਲ ਔਰ ਡੀਜ਼ਲ ਦੀ ਇਨਕਮਿੰਗ ਹੈ। ਹੁਣ ਤੁਸੀਂ ਦੇਖੋਗੇ ਡੀਜ਼ਲ ਆ ਪੈਟਰੋਲ ਆ 100 ਰੁਪਏ ਤੋਂ ਉੱਪਰ ਟੱਪ ਜਾਣਾ ਵਿਦਿਨ ਨੋ ਟਾਈਮ, ਔਰ ਉਹੀ ਹਾਲ ਫਿਰ ਇਹ, ਇਟ ਵਿਲ ਬੀ ਵੈਰੀ ਡੇਂਜਰਸ। ਨਹੀਂ ਹੈ, ਬਿਲਕੁਲ ਨਹੀਂ, ਸਾਡੀ ਨੈਟਵਰਕ ਟੈਕਸਟਾਈਲ ਉਮੀਦ ਬਿਲਕੁਲ ਬਿਲਕੁਲ ਨਹੀਂ ਹੈ। ਕੋਈ ਕੋਸਟ ਕਟਿੰਗ ਦੇ ਉੱਪਰ ਨਹੀਂ ਦੇਖਿਆ ਗਿਆ ਸਾਨੂੰ ਕਿੱਥੋਂ ਕਿੱਥੋਂ ਕੋਸਟ ਕਟਿੰਗ ਦੇਣੀ ਹੈ, ਔਰ ਅਸੀਂ ਬਾਹਰਲੇ ਚਾਈਨਾ ਨਾਲ, ਬੰਗਲਾਦੇਸ਼ ਜਾਂ ਹੋਰ ਜਿਹੜੇ ਐਡਜੋਇਨਿੰਗ ਕੰਟਰੀਜ਼ ਨੇ ਉਹਨਾਂ ਨਾਲ ਅਸੀਂ ਕਿਵੇਂ ਕੰਪੀਟ ਕਰਨਾ, ਉਹਦਾ ਤਾਂ ਮਤਲਬ ਟੋਟਲੀ ਆਈਸ ਮਤਲਬ ਸਾਈਡ 'ਤੇ ਕਰਦਾ, ਦੇਖਿਆ ਹੀ ਨਹੀਂ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਬਜਟ 'ਚ ਸਭ ਦਾ ਧਿਆਨ ਰੱਖਿਆ ਗਿਆ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।